ਜੂਡੋ ਦੇ ਪਤਾਮਾ ਕਹੇ ਜਾਣ ਵਾਲੇ ਜਗੋਰੂ ਕਾਨੋ ਦਾ ਅੱਜ 163ਵਾਂ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦੁਆਰਾ ਵਿਖੇ ਮਨਾਇਆ ਗਿਆ ਜੂਡੋ ਸੈਂਟਰ ਵਿੱਚ ਪਹੁੰਚੇ ਜੂਡੋ ਖਿਡਾਰੀਆਂ ਅਤੇ ਜੂਡੋ ਕੋਚਾ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਨਾਮ ਦਾ ਕੇਕ ਕਟਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਇਹ ਮਹਾਨ ਖਿਡਾਰੀਆਂ ਦਾ ਜਨਮ ਦਿਹਾੜਾ ਸੂਬਾ ਪੱਧਰ ਤੇ ਮਨਾਉਣਾ ਚਾਹੀਦਾ ਹੈ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਵਿੱਚ ਵਰਲਡ ਜੂਡੋ ਡੇ ਜਿਹੜਾ ਉਹ ਡਾਕਟਰ ਜਕਾਰੋ ਕਾਨੋ ਨੂੰ ਸਮਰਪਿਤ ਕਰਕੇ 163ਵਾਂ ਜਨਮ ਦਿਨ ਉਹਨਾਂ ਦਾ ਮਨਾ ਰਹੇ ਆ ਇਹ ਜਨਮ ਦਿਨ ਉਦੋਂ ਮਨਾਇਆ ਜਾ ਰਿਹਾ ਜਦੋਂ ਸੰਸਾਰ ਦੇ ਵਿੱਚ ਇੱਕ ਮਸਤ ਆਵਾਜ਼ ਉੱਠ ਰਹੀ ਹੈ ਕਿ ਬਾਰਡਰ ਜਿਹੜੇ ਨੇ ਉਹ ਬਾਰਡਰ ਖੋਲਣੇ ਜਾਣ ਚਾਹੀਦੇ ਨੇ ਨੋ ਬਾਰਡਰ ਜੂਡੋ ਫॉर ਪੀਸ ਇਹ ਸਨੇਹਾ ਦੇ ਕੇ ਜੂਡੋ ਦੇ ਖਿਡਾਰੀ ਜਿਹੜੇ ਨੇ ਰਸ਼ੀਅਨ ਤੇ ਯੂਕਰੇਨ ਦੀ ਜਿਹੜੀ جنگ ਲੱਗੀ ਹੋਈ ਹੈ ਜਿਹੜੀ ਤਬਾਹੀ ਦੇ ਕੰਡੇ ਤੇ ਖੜੀ ਹੈ ਤਾਂ ਉਹ ਸਾਰੇ ਸੰਸਾਰ ਦੇ ਖਿਡਾਰੀ ਜਿਹੜੇ ਨੇ ਉਹ ਇੱਕ ਮੁਟ ਹੋ ਕੇ ਇਸ جنگ ਦਾ ਵਿਰੋਧ ਕਰ ਰਹੇ ਨੇ ਅੱਜ ਇਹ ਜਿਹੜਾ ਜਨਮ ਦਿਨ ਹੈ ਉਹ ਜੰਗਾਂ ਦੇ ਖਿਲਾਫ ਪੀਸ ਦੇ ਲਈ ਮਨਾਇਆ ਜਾ ਰਿਹਾ ਅਸੀਂ ਵੀ ਜੂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਅੱਜ ਜਿੱਥੇ ਅਸੀਂ ਜਿਹੜੇ ਸਾਡੇ 34 ਖਿਡਾਰੀ ਨੇ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਮੈਡਲ ਜਿੱਤੇ ਨੇ ਕੱਲੇ ਮੈਡਲ ਨਹੀਂ ਜਿੱਤੇ ਕਟੂਕੜ 2 ਲੱਖ ਰੁਪਇਆ 2 ਲੱਖ ਰੁਪਏ ਤੋਂ ਵਧੇਰੇ ਪੈਸੇ ਜਿਹੜੇ ਨੇ ਉਹਨਾਂ ਨੂੰ ਇਨਾਮ ਦੇ ਮਿਲੇ ਨੇ ਜਿਨ੍ਹਾਂ ਨੂੰ 골ਡ ਮਿਲੇ ਨੇ 11 골ਡ ਲਾਏ ਨੇ 4 ਸਿਲਵਰ ਆਏ ਨੇ ਤੇ 17 ਸਾਡੇ ਜਿਹੜੇ ਬ੍ਰੌਂਜ਼ ਮੈਡਲ ਆਏ ਨੇ ਉਹਨਾਂ ਖਿਡਾਰੀਆਂ ਨੂੰ ਸ਼ਾਨ ਇੰਟਰਨੈਸ਼ਨਲ ਜੀ ਟਰੈਵਲ ਏਜੰਸੀ ਆ ਜਿਹੜੀ ਜਿਹਦੇ ਸਾਡੇ ਸੀਓ ਨੇ ਇੰਚਾਰਜ ਨੇ ਸਾਡੀ ਜੂਡੋ ਪਲੇਅਰ ਗਗਨਦੀਪ ਗਗਨ ਜਿਹਨੂੰ ਅਸੀਂ ਪੰਜਾਬੀ ਚ ਕਈ ਵਾਰੀ ਡਾਕਟਰ ਕਹਿੰਦੇ ਆ ਮੈਂ ਬਹੁਤ ਪਿਆਰ ਨਾਲ ਤੇ ਉਹ ਇਹਨਾਂ ਖਿਡਾਰੀਆਂ ਨੂੰ ਸਨਮਾਨਤ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਇਦਾਂ ਹੀ ਜਿਹੜਾ ਇਹ ਜਿਹੜਾ ਜਨਮ ਦਿਨ ਹੈ ਉਹ ਮਨਾਉਂਦੇ ਰਹੀਏ ਤੇ ਭਵਿੱਖ ਦੇ ਵਿੱਚ ਜੋ ਸੰਸਾਰ ਪੱਧਰ ਦੇ ਉੱਤੇ ਜੋ ਇੱਕ ਆਵਾਜ਼ ਉੱਠ ਰਹੀ ਹੈ ਜੂਡੋ ਫਾਰ ਪੀਸ ਸੰਸਾਰ ਜਿਹੜਾ ਅਮਨ ਜਿਹੜਾ ਉਹ ਬਣਦਾ ਰਹੇ ਇਹ ਸਾਡੀ ਸਾਰੇ ਖਿਡਾਰੀਆਂ ਦੀ ਸਾਰੇ ਉਹਨਾਂ ਦੀਆਂ ਦੁਆਵਾਂ ਨੇ ਕਿ ਦੇਸ਼ ਸੰਸਾਰ ਜਿਹੜਾ ਉਹ ਇੱਕ ਬਾਰਡਰ ਰਹਿਤ ਜਿਹੜਾ ਉਹ ਬਣੇ ਇਹਦੇ ਵਿੱਚ ਜਿਹੜਾ ਕਿਉਂਕਿ ਹਰ ਖੇਡ ਦਾ ਆਪਣਾ ਆਪਣਾ ਦੰਨਾ ਹੈ ਤੇ ਅਸੀਂ ਵੀ ਚਾਹੁੰਦੇ ਆ ਕਿ ਜੂਡੋ ਦਾ ਇੱਕ ਵਿਸ਼ੇਸ਼ ਤੌਰ ਤੇ ਵੱਡਾ ਹਾਲ ਹੋਵੇ ਜੂਡੋ ਦਾ ਇੱਕ ਕੇਂਦਰ ਹੋਵੇ ਜਿਸ ਕੇਂਦਰ ਦੇ ਉੱਤੇ ਅਸੀਂ ਬਹਿ ਕੇ ਜਿਵੇਂ ਅੱਜ ਕੋਡੋਕਾਨ ਯੂਨੀਵਰਸਿਟੀ ਹੈ ਜਾਂ ਸਾਡਾ ਜਿਹੜਾ ਬਖਵਕ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਸੈਂਟਰ ਨੇ ਚਾਹੇ ਉਹ ਆਪਣਾ ਇਟਲੀ ਚ ਹੈ ਚ ਜਾਪਾਨ ਚ ਹੈ ਚਾਹੇ ਮਤਲਬ ਹੋਰ ਬਾਕੀ ਦੇਸ਼ਾਂ ਚ ਹੈ ਇਦਾਂ ਇੱਕ ਸੈਂਟਰ ਹੋਣਾ ਚਾਹੀਦਾ ਜਿੱਥੇ ਬਹਿ ਕੇ ਇਹ ਸੰਸਾਰ ਪੰਦਰ ਦਾ ਦਿਨ ਜਿਹੜਾ ਇੱਕ ਥਾਂ ਦੇ ਉੱਤੇ ਮਨਾਉਣਾ ਮਨਾਇਆ ਜਾ ਸਕੇ